ਅਸਲਾਮ ਵਾਲੇਕੁਮ ਜੀ। ਆਪਦੇ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਮੀਆਂ ਚਨੂ ਗੱਲਾਂ ਮੰਡੀ ਦੋਸਤੋਂ ਮੌਜੂਦ ਹਾਂ ਜੀ, ਅਤੇ ਅੱਜ ਸਾਰੀਆਂ ਜਿਨਸਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਉਹਨਾਂ ਦੀਆਂ ਕੀਮਤਾਂ, ਸਭ ਤੋਂ ਪਹਿਲੇ ਗੰਦਮ ਦੀ ਜਿਹੜੀ ਕੀਮਤ ਆ ਉਹ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ। ਗੰਦਮ ਇਸ ਟਾਈਮ ਜਿਹੜੀ ਆ ਉਹ 2300 ਰੁਪਏ ਤੋਂ ਲੈ ਕੇ ਅਤੇ 2470 ਰੁਪਏ, 2480 ਰੁਪਏ ਤੱਕ ਜਿਹੜੀ ਵਾ ਟਾਪ ਦੀ ਕੀਮਤ ਆ। ਬਾਕੀ ਜਿਸ ਤਰ੍ਹਾਂ ਦੀ ਗੰਦਮ ਹੋਏਗੀ, ਲੱਗੀ ਹੋਏਗੀ, ਅਤੇ ਉਸ ਤਰ੍ਹਾਂ ਦਾ ਰੇਟ, ਅਗਰ ਅੱਛੀ ਹੋਏਗੀ ਤਾਂ ਉਸ ਤਰ੍ਹਾਂ ਦਾ ਰੇਟ। ਬਾਕੀ ਦੋਸਤੋ ਮਾਰਕੀਟ ਦੇ ਅੰਦਰ ਤੇਲ ਤੇਲੀ ਆਈ ਹੋਏ ਆ, ਤੇਲ ਤੇਲੀ ਜਿਹੜੀ ਆ ਉਹ ਇਸ ਟਾਈਮ 6000 ਰੁਪਏ ਤੋਂ ਲੈ ਕੇ 8500 ਰੁਪਏ ਤੱਕ ਇਹਦੀ ਕੀਮਤ ਆ। ਇਸੇ ਤਰ੍ਹਾਂ ਹੀ ਦੋਸਤੋ ਮਾਰਕੀਟ ਦੇ ਅੰਦਰ ਮੱਕੀ ਪਈ ਹੋਈ ਆ, 2400 ਰੁਪਏ ਤੋਂ ਲੈ ਕੇ 2450 ਰੁਪਏ ਤੱਕ ਅੱਜ ਇਹਦੀ ਕੀਮਤ ਆ। ਇਸੇ ਤਰ੍ਹਾਂ ਹੀ ਕਪਾਸ ਆਈ ਹੋਈ ਆ, 7000 ਰੁਪਏ ਤੋਂ ਲੈ ਕੇ ਅਤੇ 9000 ਰੁਪਏ ਤੱਕ ਇਹਦੀ ਕੀਮਤ ਆ। ਅੱਛੀ ਸਾਫ਼ ਸੁਥਰੀ ਜਿਹੜੀ ਗਿੱਲੀ ਨਹੀਂ ਹੈਗੀ। ਅਗਰ ਤੁਹਾਡੇ ਕੋਲ ਦੋਸਤੋ ਧਾਨ ਪਿਆ ਆ ਤਾਂ 1800 ਰੁਪਏ ਤੋਂ ਲੈ ਕੇ 2200 ਰੁਪਏ ਤੱਕ ਇਹਦੀ ਕੀਮਤ ਚੱਲ ਰਹੀ ਆ। ਸਰਸੋਂ ਦੀ ਜਿਹੜੀ ਕੀਮਤ ਆ ਉਹ ਦੋਸਤੋ ਮਾਰਕੀਟ ਦੇ ਅੰਦਰ 6000 ਰੁਪਏ ਚੱਲ ਰਹੀ। ਮੂੰਗੀ ਜਿਹੜੀ ਆ ਉਹ ਇਸ ਟਾਈਮ ਦੋਸਤੋ 9000 ਰੁਪਏ ਤੱਕ ਟੋਪ ਰੇਟ ਆ। ਤਕਰੀਬਨ ਜਿਹੜੀਆਂ ਵਾ ਅੱਜ ਇਹੀ ਜਿਨਸਾਂ ਮੰਡੀ ਦੇ ਅੰਦਰ ਆਈਆਂ। ਬਾਕੀ ਤੁਸੀਂ ਆਪਣੇ ਇਲਾਕੇ ਦੇ ਅੰਦਰ ਜਿਹੜੀ ਗੰਦਮ ਜਿਹੜੀ ਆਈ ਆ ਕਿੰਨੀ ਕੁ ਆਈ ਆ ਉਹਦੇ ਬਾਰੇ ਦੱਸਣਾ, ਕਿਸ ਤਰ੍ਹਾਂ ਦੀ ਆਈ ਆ ਉਹਦੇ ਬਾਰੇ ਵੀ ਦੱਸਣਾ, ਬਾਕੀ ਜਿਨਸਾਂ ਦੇ ਬਾਰੇ ਵੀ ਦੱਸਣਾ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅੱਲਾਹ।